सुपरस्टार हरीश वर्मा साहब ने मैं ज्वाइन कर लिया। हाय, वेलकम टू द शो साहब, थैंक यू फॉर बीइंग हियर। आपके सारे लोग यहाँ पे मौजूद हैं आपसे बात करने के लिए। थैंक यू सो मच जी। सारण के आप सब क्या हाल चाल है जी? सत श्री अकाल जी, वीर जी, बिस्मिल्लाह। हाल रूबी बहन जी, सत श्री अकाल। हरीश पाजी, नीना पाजी, सत श्री अकाल। रूबी बहन, मैनू मैनू मेरी स्क्रीन पे ਤੁਸੀਂ ਦਿਸ ਨਹੀਂ ਰਹੇ ਹੋ। 19 ਜਨਵਰੀ ਨੂੰ ਸਾਡੀ ਫਿਲਮ ਲੱਗਦੀ, ਡਰਾਮੇ ਵਾਲੇ ਵੇਖਣਾ ਰੀ ਪਾਜੀ। ਹਾਂ ਜੀ, ਕੈਸਰ ਪਾਜੀ, ਬਹੁਤ ਬਹੁਤ ਪਿਆਰ ਭਰੀ ਸਲਾਮ। ਸਰਦਾਰ ਕਮਾਲ ਸਾਹਿਬ ਸਲਾਮ, ਸਤਿ ਸ਼੍ਰੀ ਅਕਾਲ ਜੀ। ਕਰਨ ਪਹਿਲਾਂ ਤੇ ਮੁਬਾਰਕ ਹੋਵੇ, ਜਿਸ ਮਾਲ ਰੋਡ ਦੇ ਉੱਤੇ ਤੁਸੀਂ ਡਰਾਮਾ ਕਰਦੇ ਸੋ, ਉਸ ਮਾਲ ਰੋਡ ਦੇ ਉੱਤੇ ਤੁਹਾਡੇ ਬੋਰਡ ਲੱਗੇ ਨੇ ਅੱਲਾ ਦੇ ਹੁਕਮ ਦੇ ਨਾਲ, ਔਰ ਪੂਰੇ ਲਾਹੌਰ ਦੇ ਵਿੱਚ ਹਰੀਸ਼ ਵਰਮਾ ਦੀਆਂ ਤਸਵੀਰਾਂ ਲੱਗੀਆਂ ਹੋਈਆਂ। ਬਹੁਤ ਬਹੁਤ ਵਧਾਈਆਂ। ਔਰ ਹਰੀਸ਼ ਭਾਜੀ, ਤੁਹਾਡਾ ਕੰਮ ਕਰਕੇ ਅਸੀਂ ਅੱਗੇ ਵੀ ਦੱਸ ਰਹੇ ਸੀ ਕਿ ਇੰਝ ਲੱਗਾ ਜਿਸ ਤਰ੍ਹਾਂ ਅਸੀਂ ਆਪਣੇ ਸਕੇ ਭਰਾ ਦੇ ਨਾਲ ਕੰਮ ਕੀਤਾ ਹੈ, ਇੰਨੀ ਮੁਹੱਬਤ, ਇੰਨਾ ਪਿਆਰ। ਔਰ ਤੁਹਾਡੇ ਨਾਲ ਫਿਲਮ ਕਰਕੇ ਕੋਈ ਮੰਨੇ ਨਾ ਮੰਨੇ, ਮੈਂ ਤਾਂ ਬਹੁਤ ਕੁਛ ਸਿੱਖਿਆ ਹੈ, ਇਹਤਰਾਮ ਕਰਨਾ, ਅਦਬ ਕਰਨਾ, ਵੱਡੇ ਦਾ, ਛੋਟੇ ਦਾ। ਅਤੇ ਤੁਸੀਂ ਇੱਕ ਅਕੈਡਮੀ ਹੈਗੇ ਜੇ, ਔਰ ਸਾਨੂੰ ਫਖਰ ਹੈ ਕਿ ਅਸੀਂ ਤੁਹਾਡੇ ਨਾਲ ਕੰਮ ਕੀਤਾ ਫਿਲਮ ਦੇ ਵਿੱਚ। ਕਿਆ ਬਾਤ ਹੈ, ਕਿਆ ਬਾਤ ਹੈ ਹਰੀਸ਼ ਜੀ। ਮੈਂ ਆਪਸੇ ਪੁੱਛਣਾ ਚਾਹੂੰਗੀ ਕਿ ਆਪਕਾ ਕੈਸਾ ਐਕਸਪੀਰੀਅੰਸ ਰਹਾ ਹੈ ਯਹਾਂ ਹਮਾਰੇ ਸਾਰੇ ਇਤਨੇ ਪਿਆਰੇ ਪਿਆਰੇ ਲੋਗੋਂ ਕੇ ਸਾਥ ਕਾਮ ਕਰਕੇ। ਮੇਰਾ ਐਕਸਪੀਰੀਅੰਸ ਬਹੁਤ ਖੂਬਸੂਰਤ ਰਿਹਾ। ਮੈਂ ਛੋਟੇ ਹੁੰਦੇ ਤੋਂ ਦੇਖਦਾ ਆਇਆ ਭਾਜੀ ਹੋਰਾਂ ਨੂੰ, ਰੂਬੀ ਮੈਮ ਨੂੰ। ਮੈਨੂੰ ਮੇਰੀ ਖੁਸ਼ ਨਸੀਬੀ ਹੈ ਕਿ ਮੈਂ ਮੈਨੂੰ ਤੁਹਾਡੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਮੇਰਾ ਬਹੁਤ ਖੂਬਸੂਰਤ ਐਕਸਪੀਰੀਅੰਸ ਹੈ ਮੇਰੀ ਲਾਈਫ ਦਾ। ਉਹ ਮੈਮਰੀਜ਼ ਜੋ ਬਣੀਆਂ ਨੇ, ਸਿਰਫ ਐਕਟਰ ਦੇ ਤੌਰ ਤੇ ਹੀ ਨਹੀਂ, ਫਿਲਮ ਕਰਦੇ ਹੀ ਨਹੀਂ, ਇਹਨਾਂ ਦੇ ਨਾਲ ਮੇਰਾ ਮੇਰਾ ਪਿਆਰ ਪਿਆ ਨਾ ਬਤਾ ਹੋਈਆਂ, ਉਹ ਮੈਂ ਹਮੇਸ਼ਾ ਆਪਣੇ ਨਾਲ ਸੰਜੋ ਕੇ ਰੱਖੀਆਂ ਨੇ, ਆਪਣੇ ਦਿਲ ਚ ਸਾਂਭ ਕੇ ਰੱਖੀਆਂ ਨੇ। ਤੇ ਮੈਂ ਉਮੀਦ ਕਰੂੰਗਾ ਕਿ ਇਹ ਰਾਤਾਂ ਹਮੇਸ਼ਾ ਗੱਡੀ ਚ ਉਤਰੇ ਨੇ ਤੇ ਹੁਣ ਹਰੀਸ਼ ਭਾਜੀ ਨੇ ਆ ਕੇ ਨਾ ਦੂਰੋਂ, ਵੇ ਤੂੰ ਏਡਾ ਸਟਾਰ ਕਿਤੇ ਰਹਿਣਾ ਨੀ, ਵੇ ਤੂੰ ਇੰਜ ਨੀ ਤੇ ਫਲਾਂ ਨੀ ਤੇ ਯੇ ਨੀ, ਵੇ ਏਡਾ ਅਸੀਂ ਇੰਜ ਕੀਤਾ ਵੋ ਕੀਤਾ। ਹੁਣ ਉਹਨਾਂ ਨੇ ਆਏ ਨੇ ਰੂਬੀ ਸਾਹਿਬ ਜੀ, ਭੈਣ ਜੀ, ਫਲਾਂ, ਸਾਰਿਆਂ ਨੂੰ ਪਿਆ ਜੋ ਇੱਧਰ। ਅਤੇ ਬਾਅਦ ਦੇ ਵਿੱਚ ਉਹਨਾਂ ਰੂਬੀ ਨਮ ਸਾਹਿਬ ਸਾਈਡ 'ਤੇ ਗਿਆ, ਮੈਂ ਭਾਜੀ ਨੂੰ ਲੈ ਗਿਆ। ਮੈਂ ਕਿਹਾ ਭਾਜੀ ਇਹ ਦਿਲ ਦੇ ਵੀ ਬਹੁਤ ਅੱਛੇ ਨੇ ਅਤੇ ਹੈ ਫੁੱਫੋ ਟੈਪ ਨੇ, ਅਤੇ ਮੈਂ ਇਹਨਾਂ ਨੂੰ ਅੱਜ ਇਹ ਮੈਂ ਗੱਲ ਦੱਸ ਰਿਹਾ ਭਾਜੀ ਨੂੰ, ਫੁੱਫੋ ਟੈਪ ਹੈ ਅਤੇ ਇਹਨਾਂ ਨੇ ਇੰਝ ਹੀ ਕਰਨਾ, ਕਹਿੰਦੇ ਨਹੀਂ ਨਹੀਂ ਸਾਡੇ ਤਾਂ ਵੱਡੇ ਨੇ ਵੱਡੇ। ਮੈਨੂੰ ਉੱਥੋਂ ਪਤਾ ਲੱਗਾ ਸਾਡੇ ਬਜ਼ੁਰਗ ਨੇ ਰੂਬੀ ਨਮ ਸਾਹਿਬ ਯਾਰ। ਸਰਦਾਰ ਜੀ, ਉਹ ਬੜੇ ਦੂਰੋਂ ਗੱਲ ਕਰ ਰਹੇ ਸੀ, ਸੁਣ ਲਈਏ ਥੋੜਾ ਜਿਹਾ। ਸਰਦਾਰ ਸੁਣੋ ਨਾ ਪਲੀਜ਼, ਹਰੀਸ਼ ਸਾਹਿਬ ਕੋਲੋਂ ਫਿਲਮ ਦੇ ਬਾਰੇ ਪੁੱਛੋ ਫਰ ਰਾਫੇ ਜੀ ਜੀ, ਕਿ ਮੂਵੀ ਚ ਕੈਸਾ ਕੀ? ਹਾਂ ਜੀ, ਸਭ ਤੋਂ ਪਹਿਲੇ ਤਾਂ ਆਪ ਥੋੜਾ ਸਮੇਂ ਚਾਹ ਰਹੀ ਹਾਂ ਕਿ ਆਪਣੇ ਰੋਲ ਕੇ ਬਾਰੇ ਵੀ ਹਲਕਾ ਫੁਲਕਾ ਸਾ ਬਤਾ ਦੇ, ਕਿਉਂਕਿ ਕਿਉਰੀਓਸਿਟੀ ਜੋ ਮੈਂ ਤਾਂ ਬਹੁਤ ਜ਼ਿਆਦਾ ਕਿਉਰੀਅਸ ਹੋ, ਤਾਂ ਕਿ ਜੋ ਲੋਕ ਬਾਕੀ ਵੀ ਦੇਖ ਰਹੇ ਉਹ ਵੀ ਥੋੜਾ ਸਾ ਇਸਕੇ ਬਾਰੇ ਮੇਂ ਜਾਣੇ ਕਿ ਬੇਸਿਕਲੀ ਆਪਕਾ ਰੋਲ ਕਿਆ ਹੈ, ਥੋੜਾ ਸਾ, ਬਿਲਕੁਲ ਹਲਕਾ ਸਾ। ਮੈਂ ਵੈਲਕਮ ਕਰਦਾ ਪਿਆ ਸੀ ਸਾਰੀ ਆਪਣੀ ਟੀਮ ਦਾ, ਮੈਂ ਪਾਕਿਸਤਾਨ ਦੇ ਸਾਰੇ ਵਿਊਅਰਸ ਦਾ, ਤੁਹਾਡੇ ਚੈਨਲ ਦੇਖਣ ਵਾਲੇ ਸਾਰੇ ਵਿਊਅਰਸ ਦਾ ਵੈਲਕਮ ਕਰਨਾ ਤੇ ਉਹਨਾਂ ਨੂੰ ਸਲਾਮ ਕਹਿਣਾ ਰਹਿ ਗਿਆ ਮੇਰਾ। ਦਿਲੋਂ ਸਲਾਮ ਪਿਆਰ ਭਰੀ ਤੁਹਾਨੂੰ ਸਾਰਿਆਂ ਨੂੰ ਜਿਹੜੇ ਵੀ ਵਿਊਅਰਸ ਦੇਖ ਰਹੇ ਹਨ। ਮੇਰਾ ਜਿਹੜਾ ਕੈਰੈਕਟਰ ਹੈ ਇਸ 'ਚ, ਉਸਦਾ ਨਾਮ ਹੈ ਜੀਵਨ ਜਲੰਧਰੀ। ਅੱਛਾ, ਜਿਹਦਾ ਵਿਗਾੜ ਕੇ ਨਾਮ ਜੀਜਾ ਰੱਖ ਦਿੱਤਾ ਗਿਆ ਇਸ ਫਿਲਮ 'ਚ। ਅਤੇ ਸਾਰਿਆਂ ਨੂੰ ਇਹ ਪ੍ਰੋਬਲਮ ਹੈ ਕਿ ਇਹਨੂੰ ਜੀਜਾ ਕਿਉਂ ਕਹਿੰਦੇ, ਅਸੀਂ ਜੀਜਾ ਨਹੀਂ ਕਹਿਣਾ। ਐਕਚੁਲੀ ਇਹ ਬੜਾ ਬੜਾ ਸ਼ਰਾਰਤੀ ਜਿਹਾ ਕੈਰੈਕਟਰ ਹੈ, ਇੱਥੋਂ ਪੰਜਾਬ ਦਾ, ਇੰਗਲੈਂਡ 'ਤੇ ਕੁਛ ਕਰਨਾ ਚਾਹੁੰਦਾ, ਉਹਦੇ ਕੋਲ ਰਹਿੰਦਾ, ਉਹ ਇਹਨੂੰ ਚੰਗੀ ਤਰ੍ਹਾਂ ਐਕਸਪਲੋਇਡ ਨੇ, ਕਦੇ ਇਹਨਾਂ ਕੋਲ ਚਾਹ ਬਣਾਉਂਦੇ, ਕਦੇ ਇਹਨਾਂ ਕੋਲੋਂ ਗੱਡੀ ਸਾਫ਼ ਕਰਾਉਂਦੇ, ਕਦੇ ਕੁਛ ਕਰਾਉਂਦੇ, ਕਦੇ ਕੁਛ ਕਰਾਉਂਦੇ। ਹੁਣ ਇੱਕ ਟੀਮ ਹੈ ਜਿਹੜੀ ਡਰਾਮਾ ਕਰਨ ਆਈ ਹੈ ਪਾਕਿਸਤਾਨ, ਉਸ ਟੀਮ ਦੇ ਵਿੱਚ ਕਿੱਦਾਂ ਮੈਂ ਜੁਆਇਨ ਕਰਦਾ, ਕੀ ਮੇਰੀ ਇਹਨਾਂ ਨਾਲ ਇੰਟੀਮੇਸੀ ਹੁੰਦੀ ਹੈ, ਕਿੱਦਾਂ ਮੈਂ ਇਹਨਾਂ ਨਾਲ ਜੁੜਦਾ, ਜੁੜਦਾ ਨਹੀਂ ਜੁੜਦਾ ਅਤੇ ਕਿਉਂ ਜੁੜਦਾ, ਉਹ ਸਾਰਾ ਕੁਛ ਫਿਲਮ ਦੇਖਣ ਨੂੰ ਮਿਲੇਗਾ। ਬਟ ਕੁੱਲ ਮਿਲਾ ਕੇ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹਨਾਂ ਫਨਕਾਰਾਂ ਦੇ ਨਾਲ
ਸਜੀ ਹੈ ਫਿਲਮ ਜਿੱਦਾਂ ਇਹ ਬੈਠੇ ਨੇ ਆਪਣੇ ਸਾਹਮਣੇ ਇਹ ਸਾਡੀ ਖੁਸ਼ਨਸੀਬੀ ਹੈ ਕਿ ਦਰਸ਼ਕ ਵੱਡੇ ਪਰਦੇ 'ਤੇ ਇਹਨਾਂ ਸਾਰਿਆਂ ਨੂੰ ਕੰਮ ਕਰਦਿਆਂ ਦੇਖਣਗੇ ਔਰ ਪੂਰਾ ਐਂਟਰਟੇਨਮੈਂਟ ਹਾਸਲ ਕਰਨਗੇ ਇਹ ਮੇਰਾ ਵੀ ਭਰੋਸਾ ਪੂਰਾ ਮੈਂ ਦਰਸ਼ਕਾਂ ਨੂੰ ਇਹ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਹਾਂਜੀ ਇਨਸ਼ਾਅੱਲਾ ਹਮ ਤੋਂ ਖੁਦ ਬਹੁਤ ਜ਼ਿਆਦਾ ਐਕਸਾਈਟਿਡ ਹੈ ਲੋਕਾਂ ਨੇ ਤੁਹਾਡੀ ਟ੍ਰੈਜਡੀ ਬਹੁਤ ਪਸੰਦ ਕੀਤੀ ਹੈ ਤੁਸੀਂ ਜਿਹੜੀ ਲਾਈਨ ਬੋਲੀ ਹੈ ਨਾ ਇਹ ਲਾਹੌਰ ਨੇੜੇ ਨਹੀਂ ਹੋ ਸਕਦਾ ਲੋਕੀ ਮੈਂ ਕਹਿੰਦੀ ਹਾਂ ਖਾਲਿਦ ਅੱਬਾਸ ਡਾਰ ਸਾਹਿਬ ਪਾਕਿਸਤਾਨ ਦੇ ਉਹ ਫਨਕਾਰ ਨੇ ਥੀਏਟਰ ਔਰ ਟੈਲੀਵਿਜ਼ਨ ਦੇ ਹਵਾਲੇ ਨਾਲ ਡਾਰ ਸਾਹਿਬ ਵਰਗਾ ਦੂਜਾ ਬੰਦਾ ਕੋਈ ਨਹੀਂ ਹੈਗਾ ਫਾਦਰ ਆਫ ਲੀਜੈਂਡਸ ਯੈਸ ਫਾਦਰ ਆਫ ਲੀਜੈਂਡਸ ਤੇ ਉਹਨਾਂ ਨੇ ਕਿਹਾ ਕਿ ਮੇਰੀ ਜਾਨ ਕੱਢ ਕੇ ਲੈ ਗਿਆ ਆਏ ਕਿ ਲਾਹੌਰ ਨੇੜੇ ਨਹੀਂ ਹੋ ਸਕਦਾ ਓਏ ਹੋਏ ਹੋਏ ਬਹੁਤ ਅੱਲਾ ਮੈਂ ਕਹਿੰਦੀ ਮਾਸ਼ਾਅੱਲਾ ਤੁਹਾਡੇ ਕੰਮ ਦੇ ਹਵਾਲੇ ਦੇ ਨਾਲ ਲੋਕਾਂ ਨੇ ਬਹੁਤ ਤਾਰੀਫ ਕੀਤੀ ਲੋਕਾਂ ਦੀ ਇਹ ਸੋਚ ਹੈ ਕਿ ਕਾਸ਼ ਤੁਸੀਂ 19 ਤਰੀਕ ਨੂੰ ਜਾਂ 18 ਨੂੰ ਰੈੱਡ ਕਾਰਪੇਟ ਤੇ ਪਾਕਿਸਤਾਨ ਹੋਵੋ ਕੀ ਤਮੰਨਾ ਲੋਕਾਂ ਦੀ ਮੀਡੀਆ ਦੀ ਤਮੰਨਾ ਹੈ ਕਿ ਤੁਸੀਂ ਪਾਕਿਸਤਾਨ ਹੋਵੋ ਕਲੇਜਾ ਕੱਢਿਆ ਲੋਕਾਂ ਨੇ ਨਹੀਂ ਆ ਸਕਦੇ ਦੱਸਣਾ ਸਾਨੂੰ ਅਸੀਂ ਰੈੱਡ ਕਾਰਪੇਟ ਤੋਂ ਉੱਥੇ ਭੇਜ ਦਾਂਗੇ ਉੱਥੇ ਪੇਟਰੋ ਲੈਣਾ ਨਹੀਂ ਸਾਡੀਆਂ ਤੇ ਸਦਾ ਤੁਹਾਡੇ ਲਈ ਅੱਖਾਂ ਵਿਛੀਆਂ ਨੇ ਦਿਲ ਦੇ ਬੂਹੇ ਖੁੱਲੇ ਨੇ ਤੇ ਮੇਰੀ ਦੁਆ ਹੈ ਤੁਹਾਡੇ ਲਈ ਬਹੁਤ ਕਿ 19 ਜਨਵਰੀ ਨੂੰ ਅੱਲਾ ਪਾਕ ਤੁਹਾਨੂੰ ਬਹੁਤ ਇੱਜ਼ਤ ਨਾਲ ਨਵਾਜ਼ੇ ਔਰ 19 ਜਨਵਰੀ ਨੂੰ ਡਰਾਮੇ ਵਾਲੇ ਜਿੱਥੇ ਤੁਸੀਂ ਇਸ ਟਾਈਮ ਹੈਗੇ ਅਮਰੀਕਾ ਜਾਂ ਜਿੱਥੇ ਵੀ ਜੇ ਇੱਥੇ ਕੀ ਤੁਸੀਂ ਫੀਲ ਕੀਤਾ ਕੀ ਕਹਿ ਰਹੇ ਨੇ ਲੋਕ ਇੱਥੇ ਟ੍ਰੇਲਰ ਰਿਲੀਜ਼ ਹੋਣਾ ਤੇ ਮੈਂ ਆਪਣੇ ਸਰਕਲ ਚ ਦਿਖਾਇਆ ਸਾਰਿਆਂ ਨੂੰ ਔਰ ਸਾਰਿਆਂ ਨੇ ਬਹੁਤ ਜ਼ਿਆਦਾ ਇੰਜੋਏ ਕੀਤਾ ਟ੍ਰੇਲਰ ਔਰ ਗਾਣੇ ਵੀ ਦਿਖਾਏ ਅਤੇ ਉਹ ਇੰਤਜ਼ਾਰ ਹੀ ਕਰ ਰਹੇ ਨੇ ਉਹਨਾਂ ਨੂੰ ਇਹ ਲੱਗ ਰਿਹਾ ਕਿ ਕੁਛ ਡਿਫਰੈਂਟ ਜਿਹਾ ਬਣਾਇਆ ਤੁਸੀਂ ਕਿਉਂਕਿ ਉਹ ਜਿਹੜਾ ਲਾਸਟ ਪੋਰਸ਼ਨ ਹੈ ਨਾ ਭਾਅ ਜੀ ਜਿੱਥੇ ਆਪਾਂ ਮੇਨ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਆਪਣੀ ਕਿ ਉਹ ਜਦੋਂ ਦੋ ਬਜ਼ੁਰਗ ਜਦੋਂ ਆਪਸ ਦੇ ਵਿੱਚ ਗੱਲ ਕਰ ਰਹੇ ਨੇ ਉਹਦੇ ਵਿੱਚ ਲੇਕਿਨ ਹਰੀਸ਼ ਭਾਜੀ ਤੁਸੀਂ ਤੇ ਬਜ਼ੁਰਗ ਬਣੇ ਸੀ ਸਰਦਾਰ ਸਾਨੂੰ ਬਣਨ ਦੀ ਲੋੜ ਹੀ ਨਹੀਂ ਪਈ ਤੁਹਾਡੀ ਅਮਾਨਤ ਦੋ ਟੀ ਸ਼ਰਟਾਂ ਪਈਆਂ ਅਸੀਂ ਸਾਰਿਆਂ ਨੇ ਟੀ ਸ਼ਰਟਾਂ ਪਾਈਆਂ ਤੂੰ ਵਹਾਵੇ ਕੈਸਰ ਤੁਹਾਡੀਆਂ ਵੀ ਅੱਜ ਦੀਆਂ ਟੀ ਸ਼ਰਟਾਂ ਨੇ ਉਹ ਮੇਰੇ ਹਸਬੈਂਡ ਨੇ ਪਾਣੀਆਂ ਨੇ ਹੁਣ ਅਸੀਂ ਜਿਸ ਪਬਲਿਸ਼ ਵਿੱਚ ਤਾਂ ਵੀ ਆਪਣੀ ਆਪਣੀ ਟੀ ਸ਼ਰਟਾਂ ਦਾ ਆ ਵੇਖੋ ਜ਼ਰਾ ਇਹ ਦੇਖੋ ਸਿਕਸ ਪੈਕ ਵਾਹ 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 ਰੂਬੀ ਭੈਣ ਤੁਹਾਨੂੰ ਯਾਦ ਹੈ ਤੁਸੀਂ ਮੈਨੂੰ ਪਹਿਲੇ ਦਿਨ ਕੀ ਕਹਿ ਕੇ ਬੁਲਾਇਆ ਸੀ ਮੈਨੂੰ ਮੈਂ ਤੁਹਾਨੂੰ ਯਾਦ ਕਰਾਉਣਾ ਹਰੀਸ਼ ਜੀ ਹਮ ਐਸੀ ਬਾਤਾਂ ਸੁਣਨਾ ਚਾਹ ਰਹੇ ਹਾਂ ਪਲੀਜ਼ ਬਤਾਏ ਅੰਦਰ ਕੀ ਬਾਤ ਹੈ ਜੋ ਮੈਂ ਨਹੀਂ ਪਤਾ ਹੈ ਮੈਨੂੰ ਪਹਿਲੀ ਵਾਰੀ ਜਦੋਂ ਮੈਂ ਗੱਡੀ 'ਚ ਉਤਰਿਆ ਜਿਵੇਂ ਕੈਸਰ ਭਾਅ ਜੀ ਦੱਸਦੇ ਸੀਗੇ ਨਾ ਇਹਨਾਂ ਨੇ ਮੈਨੂੰ ਦੂਰੋਂ ਆਵਾਜ਼ ਹੀ ਮਾਰੀ ਕਹਿੰਦੇ ਓਏ ਨਿੱਕੂ ਮੈਨੂੰ ਨਿੱਕੂ ਕਹਿ ਕੇ ਇਧਰ ਆਇਆ ਤੂੰ ਸਟਾਰ ਫਨਕਾਰ ਸੁਭਾਨ ਅੱਲਾ ਇਸ ਡਰਾਮੇ ਦੇ ਵਿੱਚ ਅਗਰ ਦੋ ਬੰਦੇ ਐਸੇ ਨੇ ਖਾਸ ਕਰ ਸਰਦਾਰ ਕਮਾਲ ਸਾਹਿਬ ਔਰ ਹਰੀਸ਼ ਜੀ ਇਹਨਾਂ ਨੂੰ ਲੋਕਾਂ ਨੇ ਸਰਦਾਰ ਚੀਖ ਮੈਂ ਕਹਿੰਦੀ ਹਾਂ ਸਰਦਾਰ ਸਾਹਿਬ ਨੇ ਦੋ ਲਾਈਨਾਂ ਕਹੀਆਂ ਇੱਕੋ ਜਿਹੜੀ ਪਹਿਲੀ ਲਾਈਨ ਹੈ ਇਹ ਦੋ ਪੰਜਾਬ ਤੇ ਇੱਕ ਇਹਨਾਂ ਦੀ ਲਾਈਨ ਡਾਰ ਸਾਹਿਬ ਨੇ ਕਿਹਾ ਲੋਕਾਂ ਨੇ ਇਹ ਲਾਈਨ ਦੀ ਵਜ੍ਹਾ ਤੋਂ ਮੂਵੀ ਵੇਖਣ ਆਣਾ ਕਾਮੇਡੀ ਤੇ ਆਲਰੇਡੀ ਹੋ ਹੀ ਰਹੀ ਹੁੰਦੀ ਹੈ ਸਾਨੂੰ ਲੱਡਣ ਕਰ ਰਹੀ ਤੂੰ ਵੀ ਨਾ ਨਹੀਂ ਤੂੰ ਤਾਂ ਹੈ ਅਸਲ ਤੇ ਨਹੀਂ ਆਪਣੇ ਢਿੱਡ ਤੇ ਲੈ ਲੈਣਾ ਗੱਲ ਨਹੀਂ ਨਹੀਂ ਲੇਕਿਨ ਬੜਾ ਇਹਦੇ ਚ ਕਾਮੇਡੀ ਵੀ ਹੈ ਇਹਦੇ ਚ ਹੀਰੋਨ ਐਡੀ ਸੋਹਣੀ ਹੈ ਸ਼ਰਮਖੋਰ ਹਾਂ ਉਹ ਐਡੀ ਉਹ ਸੋਹਣੇ ਨੇ ਮਾਸ਼ਾਅੱਲਾ ਮੈਂ ਪੰਜਾਬੀ ਤੇ ਅੱਜ ਮੈਂ ਵੇਖ ਕੇ ਸਾਰੇ ਪੰਜਾਬੀ ਬੋਲ ਰਹੇ ਨੇ ਕਿਉਂਕਿ ਇੰਡੀਆ ਪੰਜਾਬ ਤੇ ਪਾਕਿਸਤਾਨ ਪੰਜਾਬ ਦੋਵਾਂ ਦੇ ਆਰਟਿਸਟ ਮਿਲ ਕੇ ਕੰਮ ਕਰ ਰਹੇ ਨੇ ਇਸ ਮੂਵੀ ਵਾਸਤੇ ਤਾਂ ਇਹ ਸਾਡੇ ਵਾਸਤੇ ਬੜੀ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਤੇ ਮੈਂ ਚਾਹ ਰਹੀ ਕਿ ਜਿਹੜਾ ਤੁਹਾਡਾ ਇੱਕ ਐਕਸਪੀਰੀਅੰਸ ਰਿਹਾ ਨਾ ਸਾਡੇ ਆਰਟਿਸਟ ਦੇ ਨਾਲ ਉਹ ਤੁਸੀਂ ਥੋੜਾ ਨਾਲ ਸਾਡੇ ਸ਼ੇਅਰ ਕਰਦੇ ਚਲੋ ਮੇਰਾ ਮੈਂ ਤੁਹਾਨੂੰ ਐਕਸਪੀਰੀਅੰਸ ਦੱਸਦਾ ਹਾਂ ਮੈਂ ਇੰਨਾ ਜ਼ਿਆਦਾ ਖੂਬਸੂਰਤ ਸਮਾਂ ਬਿਤਾਇਆ ਕਿ ਮੈਂ ਹਰ ਆਪਣੀ ਫਿਲਮ ਇਹਨਾਂ ਦੇ ਨਾਲ ਕਰਨਾ ਚਾਹੂੰਗਾ ਕਿ ਮੈਂ ਜਿਸ ਵੀ ਫਿਲਮ 'ਚ ਕੰਮ ਕਰਾਂ ਇਹ ਸਾਰੇ ਹੋਣ ਮੇਰੀ ਇੰਨੀ ਸੋਹਣੀ ਮੈਮਰੀ ਬਣੀ ਆ ਅਸੀਂ ਜਦੋਂ ਸ਼ਾਰਟ ਦਿੰਦੇ ਹੁੰਦੇ ਸੀ ਜਦੋਂ ਸ਼ੂਟਿੰਗ ਚੱਲਦੀ ਸੀ
ਸ਼ਾਰਟ ਦੇ ਵਿੱਚ ਵੀ ਇਹਨਾਂ ਭਾਜੀ ਹੋਰਾਂ ਕੋਲੋਂ ਰੂਬੀ ਮੈਮ ਕੋਲੋਂ ਕਿੰਨੀਆਂ ਹੀ ਗੱਲਾਂ ਫੁਰਦੀਆਂ ਸੀ, ਕਿੰਨੀਆਂ ਹੀ ਗੱਲਾਂ ਕਰ ਦਿੰਦੇ ਸੀ ਇਹ। ਕਈ ਦਫ਼ਾ ਤਾਂ ਰੋਕਣਾ ਪੈਂਦਾ ਸੀ ਹੈ ਨਾ, ਚੰਦਰ ਕੰਬੋਜ ਭਾਜੀ ਰੋਕਦੇ ਸੀ ਕਿ ਨਹੀਂ ਨਹੀਂ ਤੁਸੀਂ ਕਿਤੇ ਹੋਰ ਜਾ ਰਹੇ ਹੋ, ਰੁਕ ਜਾਓ। ਤੇ ਉਹ ਮੈਂ ਕੈਰਿਡ ਵੇ ਹੋ ਜਾਂਦਾ ਸੀ ਕਿ ਉਹ ਇੱਕ ਨਾ ਸੀਨ ਸੀ ਭਾਜੀ, ਕੈਰਿਡ ਵੇ ਹੋ ਜਾਂਦਾ ਸੀ ਭਾਜੀ। ਤੇ ਹੁਣ ਆਸਫ ਸਾਹਿਬ ਨੇ ਉਹ 'ਚ ਲਾਈਨ ਹੀ ਕੋਈ ਨਹੀਂ, ਲਾਈਨ ਕੋਈ ਨਹੀਂ ਸਕ੍ਰਿਪਟ ਦੇ ਵਿੱਚ ਹੀ ਨਾ, ਉਸ ਸੀਨ ਦੇ ਵਿੱਚ ਮੈਂ ਬੋਲਿਆ, ਰੂਬੀ ਸਾਹਿਬਾ ਬੋਲੇ, ਫਲਾਂ ਸਾਰੇ ਅਸੀਂ ਕਰ ਰਹੇ ਹਾਂ, ਅਤੇ ਇਹਨਾਂ ਦੀ ਲਾਈਨ ਵੀ ਕੋਈ ਨਹੀਂ ਅਤੇ ਵਿੱਚ ਬੋਲ ਪਏ। ਮੈਂ ਕਿਹਾ ਤੁਹਾਡੀ ਤਾਂ ਲਾਈਨ ਹੀ ਹੈਗੀ, ਹੈ ਹੀ ਨਹੀਂ ਗੀ। ਕਹਿੰਦੇ ਯਾਰ ਉਹ ਇਹ ਨਾ ਸਮਝਣ ਕਿਤੇ ਆਸਫ ਰਹਿ ਗਿਆ। ਦਿਲ ਕਰਦਾ ਫਿਲਮ ਸ਼ੁਰੂ ਹੋਵੇ ਫਟਾਫਟ ਵਾਈਂਡ ਅਪ ਆ ਪੰਜਾਬ ਚ ਇੱਥੇ ਦੇਖਾਂਗਾ ਫਿਲਮ, ਮੈਂ ਮੋਹਾਲੀ ਵੀ ਦੇਖਾਂਗਾ, ਮੈਂ ਤੇ ਦੋ ਤਿੰਨ ਵਾਰ ਦੇਖੂੰਗਾ ਮੈਂ, ਕਿਉਂਕਿ ਰਿਐਕਸ਼ਨਸ ਦੇਖ ਰਿਹਾ ਹਾਂ ਜਾ ਕੇ ਸਨ। ਅੱਛਾ ਇੱਕ ਗੱਲ ਮੈਂ ਨਾ ਇੱਕ ਗੱਲ ਮੈਂ ਹੋਰ ਕਹਿਣਾ ਚਾਹੁੰਦਾ, ਮੈਂ ਜੀ ਰੂਬੀ ਭੈਣ ਹੋਰ ਤੁਸੀਂ ਇੱਥੇ ਸਭ ਬੈਠੇ ਹੋ, ਮੈਂ ਦਿਲੋਂ ਇਸ ਗੱਲ ਦਾ ਸੱਚੀ ਯਕੀਨ ਜਾਣੇ ਹੋ, ਫੋਨ ਤੇ ਚਲੋ ਕਦੇ ਕਦਾਰ ਗੱਲ ਹੋ ਜਾਂਦੀ ਹੈ, ਪਰ ਦਿਲੋਂ ਮੈਂ ਇਹ ਗੱਲ ਕਹਿਣਾ ਚਾਹੁੰਦਾ ਇੱਥੇ ਸਾਰਿਆਂ ਦੇ ਸਾਹਮਣੇ ਕਿ ਤੁਸੀਂ ਇੰਨੇ ਜ਼ਿਆਦਾ ਤਜਰਬੇਕਾਰ ਕਲਾਕਾਰ ਹੋ, ਫਨਕਾਰ ਹੋ, ਬਟ ਤੁਸੀਂ ਮੈਨੂੰ ਮੇਰੀ ਜਗ੍ਹਾ ਜਿਹੜੀ, ਨਹੀਂ ਤਾਂ ਬੜਾ ਸੌਖਾ ਹੈ ਮੇਰੇ ਵਰਗੇ ਦਾ ਰੁਲ ਜਾਣਾ ਤੁਹਾਡੇ ਸਾਰਿਆਂ ਦੇ ਵਿੱਚ, ਕਿ ਪਤਾ ਹੀ ਨਾ ਲੱਗੇ ਕਿ ਮੈਂ ਬੋਲਣਾ ਕੀ ਹੈ, ਪਰ ਜੋ ਤੁਸੀਂ ਜਿੰਨੇ ਤੁਸੀਂ ਜ਼ਬਰਦਸਤ ਕਲਾਕਾਰ ਹੋ ਸਾਰੇ, ਥੈਂਕ ਯੂ ਸੋ ਮੱਚ, ਤੁਸੀਂ ਮੈਨੂੰ ਮੇਰੀ ਜਗ੍ਹਾ ਦਿੱਤੀ, ਮੈਨੂੰ ਮੌਕਾ ਦਿੱਤਾ, ਮੈਨੂੰ ਹਮੇਸ਼ਾ ਕੁਛ ਕੋਸ਼ਿਸ਼ ਕੀਤੀ ਹੈ ਸੀਨ ਦੇ ਵਿੱਚ ਕਿ ਤੁਸੀਂ ਮੈਨੂੰ ਆਪਣੇ ਬਰਾਬਰ ਲੈ ਕੇ ਆਓ, ਆਪਣੇ ਨਾਲ ਲੈ ਕੇ ਆਓ, ਮੈਂ ਵੀ ਮੈਚ ਕਰ ਸਕਾਂ ਤੁਹਾਨੂੰ, ਉਸ ਲਈ ਮੈਂ ਸ਼ੁਕਰਗੁਜ਼ਾਰ ਹਾਂ ਸਾਰੀ ਉਮਰ ਦਾ। ਵੇਖ ਲਓ ਸੀ ਤੁਹਾਨੂੰ ਜਗ੍ਹਾ ਦਿੱਤੀ, ਤੁਸੀਂ ਸਾਡੇ ਕੋਲ ਹੀਰੋਇਨ ਲੈ ਕੇ ਦੌੜਗੇ। ਲੋ ਜੀ ਮੈਂ ਤੁਹਾਨੂੰ ਤੁਹਾਡੇ ਬਾਰੇ 'ਚ ਗੱਲ ਕਰਾਂਗੀ ਕਿ ਅਸੀਂ ਲੋਕ ਤਾਂ ਸ਼ਾਇਦ ਲਾਈਨਾਂ ਜਾਂ ਲਫ਼ਸ ਬੋਲ ਕੇ ਆਪਣੇ ਆਪ ਨੂੰ ਮਨਵਾਉਂਦੇ ਹਾਂ, ਅਤੇ ਤੁਹਾਡੇ ਐਕਸਪ੍ਰੈਸ਼ਨ ਹੀ ਐਡੇ ਖੂਬਸੂਰਤ ਸਨ ਔਰ ਐਡੇ ਪੱਕੇ ਐਕਸਪ੍ਰੈਸ਼ਨ ਹਰੀਸ਼ ਦੇ ਕਿ ਸੁਭਾਨ ਅੱਲਾਹ, ਕਿ ਅਸੀਂ ਲਾਈਨ ਬੋਲ ਰਹੇ ਹਾਂ ਅਤੇ ਹਰੀਸ਼ 'ਤੇ ਕੈਮਰਾ ਗਿਆ ਅਤੇ ਸਾਡੀਆਂ ਲਾਈਨਾਂ ਕੁਝ ਵੀ ਨਹੀਂ, ਇਹਦੇ ਐਕਸਪ੍ਰੈਸ਼ਨ ਹੀ ਬਹੁਤ, ਇਹਦੀ ਅੱਖ ਦੇ ਕੋਲੋਂ ਕੈਮਰਾ ਗਿਆ ਜਦੋਂ ਟ੍ਰੈਜਡੀ ਵੀ ਹੈ ਅਤੇ ਲੱਗੇਗਾ ਕਿ ਫਿਲਮ ਰੁਕ ਗਈ ਹੈ ਇੰਝ ਕਰਕੇ, ਅਤੇ ਜੇ ਕਾਮੇਡੀ ਕੀਤੀ ਹੈ ਤੇ ਅੱਖ 'ਚ ਵੱਖਰੀ ਸ਼ਰਾਰਤ ਹੈ। ਥੀਏਟਰ ਦਿਖਾਤਾ ਤੋ ਹੈ ਨਾ, ਮੈਨੂੰ ਇਨਾ ਇਹਨਾਂ ਦੀ ਅੱਖ ਦਾ ਕਮਾਲ, ਇਹਨਾਂ ਦੀ ਅੱਖ ਦਾ ਕਮਾਲ, ਮੇਰਾ ਹਣ ਇਹਨਾਂ ਅੱਖ ਤੇ ਨਵੀਂ ਪਵਾਈ ਹੈ। ਹਾਨੀਸਲੀ ਜਿਵੇਂ ਇੱਥੇ ਸਾਡੇ ਪਾਕਿਸਤਾਨ ਬੜਾ ਇੰਤਜ਼ਾਰ ਹੋ ਰਿਹਾ ਹੈ ਆਪਣਾ 19 ਜਨਵਰੀ ਦਾ ਇਹ ਸਾਡੇ ਡਰਾਮੇ ਵਾਲੀ ਫਿਲਮ ਦਾ, ਤੇ ਇਸੇ ਤਰ੍ਹਾਂ ਉਧਰ ਮੋਹਾਲੀ ਜਾਂ ਚੰਡੀਗੜ੍ਹ 'ਚ ਵੀ ਇਹ ਲੋਕ ਸਾਨੂੰ ਵੇਖਣਾ ਚਾਹ ਰਹੇ ਹੋਣੇ ਨੇ ਇਸ ਤਰ੍ਹਾਂ ਹੀ ਕਿ ਯਾਰ ਬਿਲਕੁਲ ਦੇਖਣਾ ਡਰਾਮੇ ਵਾਲੇ ਵੀ ਆ ਰਹੇ ਨੇ। ਬਿਲਕੁਲ ਬਿਲਕੁਲ, ਕਿਉਂਕਿ ਮੈਂ ਜਿਵੇਂ ਤੁਹਾਨੂੰ ਦੱਸਿਆ ਨਾ, ਸਾਰੇ ਤੁਹਾਨੂੰ ਬਹੁਤ ਲੰਬੇ ਸਮੇਂ ਤੋਂ ਜਦੋਂ ਤੁਸੀਂ ਸਟੇਜ 'ਤੇ ਕਰਦੇ ਹੋ ਕੰਮ, ਸਾਰੇ ਤੁਹਾਡੇ ਮਰੀਜ਼ ਨੇ, ਤੁਹਾਡੇ ਕੰਮ ਨੂੰ ਚਾਹੁੰਦੇ ਆ, ਉਹ ਚਾਹੁੰਦੇ ਆ ਤੁਹਾਨੂੰ ਫਿਲਮ ਦੇ ਵਿੱਚ ਵੱਡੇ ਪਰਦੇ 'ਤੇ ਦੇਖਣਾ, ਅਤੇ 19 ਤਰੀਕ ਦਾ ਇੰਤਜ਼ਾਰ ਸਾਰਿਆਂ ਨੂੰ ਨਾਲ ਆ, ਇਨਸ਼ਾਅੱਲਾ ਬੜੀ ਬੇਸਬਰੀ ਨਾਲ ਇੰਤਜ਼ਾਰ ਹੈ। ਔਰ ਸਾਡੀ ਜਿਹੜੀ ਅੱਛੀ ਫਿਲਮ ਹੈ, ਸਾਰੇ ਦੁਆ ਕਰਨੇ ਆ ਕਿ ਆਪਣੀ ਬੁੱਢੀ ਕੋਲ ਬਹੁਤ ਡਰਦੇ ਨੇ, ਇਸੇ ਤਰ੍ਹਾਂ ਮੈਂ ਕਹਿੰਦਾ ਇੱਕ ਦਫ਼ਾ ਇੱਥੇ ਆਈ ਆਓ ਤੇ ਸਹੀ, ਤੁਹਾਡਾ ਜੋ ਇਸਤਕਬਾਲ ਹੋਊਗਾ, ਜੋ ਵੈਲਕਮ ਹੋਊਗਾ, ਉਹ ਤੁਸੀਂ ਯਾਦ, ਤੁਹਾਨੂੰ ਉਹ ਸਾਰੀ ਉਮਰ ਯਾਦ ਰਹਿਣਾ। ਮੈਂ ਦੋ ਦਫ਼ਾ ਲਾਹੌਰ ਆਇਆ ਜੀ, ਮੈਂ, ਮੇਰੀ ਇਹ ਖੁਸ਼ਨਸੀਬੀ ਰਹੀ ਹੈ
मैं उदों परफॉर्म करना आया सी नाटक करन ते मैनू जो प्यार जो निग जो वार्मथ मिली सी इत्थे आके मेरे मेरिया मैमरीज ने वो मैं अक्सर गल करदा मैं कहा बहुत प्यार मिलिया सी मैनू ते जद मैं काम कीता इधर वो सेम प्यार सेम निग सेम मतलब यही एहसास हुंदा सी कि जिदा अपने वड्डे भरा नाल मैं भैन नाल गल कर रहे हां अपने परिवार च हां ते हसदे खेडदे एक खूबसूरत जी फिल्म बनाई है ते पूरी उम्मीद है 19 जनवरी नूं जदों सिनेमा घरां च लगनी है पाकिस्तान ते इत्थे पंजाब च इंडिया च ऑल ओवर जिथे भी लगनी है इंशाल्लाह इंशाल्लाह सारे अन्नी पा देनी है बहुत बेहतरीन जानी है इंशाल्लाह ते बहुत शुक्रिया हरीश जी तुहाडा बड़ा बेहतरीन लगा तुहाडे नाल गलबात करके परीशा से बहुत वड्डी अल्लामियां चली गई उस टाइम पे के आएगा ना ऐसा वक्त आएगा जी कि जब हम सारे कनेक्टेड होंगे आपस में कोर्स मेरी जान क्यों नहीं होगा ऐसा वो इसलिए कि हम सब जो है अब आपने हरीश से बात की आपको एक लम्हे के लिए लगा है कहीं पे कि वो आपके अपने नहीं है या वो हमसे अलग है